ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲੈ ਕੇ ਹਾਜ਼ਰ ਹਾਂ ਇੱਕ ਵਾਰ ਫਿਰ ਤੁਹਾਡੇ ਲਈ 25 ਹੋਰ ਮਹੱਤਵਪੂਰਨ ਕੁਐਸਚਨ ਸਮਾਜਿਕ ਸਿੱਖਿਆ ਦੇ। ਔਰ ਅਗਰ ਸਭ ਤੋਂ ਪਹਿਲਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਉਣ ਵਾਲਾ ਸਾਡਾ ਹਰੇਕ ਵੀਡੀਓ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਦਾ ਰਹੇ। ਔਰ ਨਾਲ ਹੀ ਘੰਟੀ ਵਾਲੇ ਬਟਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਕਿ ਹਰੇਕ ਵੀਡੀਓ ਤੁਹਾਡੇ ਤੱਕ ਆਪਣੇ ਆਪ ਹੀ ਪਹੁੰਚ ਜਾਵੇ। ਔਰ ਇਸ ਵੀਡੀਓ ਦੇ ਅੰਤ ਵਿੱਚ ਕਮੈਂਟ ਬਾਕਸ ਦੇ ਵਿੱਚ ਤੁਹਾਨੂੰ ਇੱਕ ਲਿੰਕ ਸੈਂਡ ਕੀਤਾ ਜਾਊਗਾ ਜੋ ਰਾਤ ਠੀਕ 8 ਵਜੇ ਓਪਨ ਹੋਵੇਗਾ ਅਤੇ ਸਵੇਰੇ 8 ਵਜੇ ਤੱਕ ਖੁੱਲ੍ਹਾ ਰਹੇਗਾ। ਤੁਸੀਂ ਉਸ ਲਿੰਕ ਤੇ ਜਾ ਕੇ ਜੋ ਇਹ ਪ੍ਰਸ਼ਨ ਹੈ ਇਹਨਾਂ ਦੇ ਅਭਿਆਸ ਦੇ ਲਈ ਆਪਣਾ ਇੱਕ ਅਭਿਆਸ ਟੈਸਟ ਵੀ ਕਰ ਸਕਦੇ ਹੋ ਜਿਸ ਦੇ ਨੰਬਰ ਤੁਹਾਨੂੰ ਆਨਲਾਈਨ ਉਸੇ ਸਮੇਂ ਹੀ ਪ੍ਰਾਪਤ ਹੋ ਜਾਣਗੇ। ਸੋ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਕਰੋ ਤਾਂ ਕਿ ਹੋਰ ਲੋਕ ਵੀ ਇਸ ਦੇ ਵਿੱਚ ਭਾਗ ਲੈਣ, ਕਿਉਂਕਿ ਇਹ ਜਿਹੜੇ ਸਾਰੇ ਕੁਐਸਚਨ ਹੈ ਹਰੇਕ ਕੰਪੀਟੀਸ਼ਨ ਐਗਜ਼ਾਮ ਦੇ ਵਿੱਚ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਸਾਬਿਤ ਹੋਣਗੇ। ਸ਼ੁਰੂ ਕਰਦੇ ਹਾਂ ਜੀ। ਅੱਜ ਦਾ ਪਹਿਲਾ ਪ੍ਰਸ਼ਨ ਹੈ, ਖਾਲਸਾ ਨੂੰ ਕਿਸ ਗੁਰੂ ਦਾ ਪੁੱਤਰ ਮੰਨਿਆ ਜਾਂਦਾ ਹੈ? ਤਾਂ ਇਸ ਦਾ ਸਹੀ ਉੱਤਰ ਹੈਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਦਸਵੇਂ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹੈ ਜਿਹੜਾ ਖਾਲਸਾ ਨੂੰ ਦਸਵੇਂ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਮੰਨਿਆ ਜਾਂਦਾ ਹੈ। ਪ੍ਰਸ਼ਨ ਨੰਬਰ 2 ਦੇ ਵਿੱਚ ਸਭ ਤੋਂ ਛੋਟੇ ਸਾਹਿਬਜ਼ਾਦੇ ਦਾ ਕੀ ਨਾਮ ਸੀ? ਤਾਂ ਇਸ ਦਾ ਸਹੀ ਉੱਤਰ ਰਹੇਗਾ ਜੀ ਫਤਿਹ ਸਿੰਘ, ਬਾਬਾ ਫਤਿਹ ਸਿੰਘ ਸਭ ਤੋਂ ਛੋਟੇ ਸਾਹਿਬਜ਼ਾਦੇ ਦਾ ਨਾਮ ਸੀ। ਪ੍ਰਸ਼ਨ ਨੰਬਰ 3 ਦੇ ਵਿੱਚ ਹੈ ਜੀ, ਸਾਹਿਬਜ਼ਾਦੇ ਕੌਣ ਸਨ? ਸਿੱਖ ਪੁੱਤਰ, ਸਿੱਖ ਸ਼ਰਧਾਲੂ, ਸਿੱਖ ਨੇਤਾ? ਤਾਂ ਇਸ ਦਾ ਸਹੀ ਉੱਤਰ ਰਹੇਗਾ ਜੀ ਸਿੱਖ ਪੁੱਤਰ। ਸਾਹਿਬਜ਼ਾਦੇ ਕੌਣ ਸਨ? ਸਿੱਖ ਪੁੱਤਰ। ਪ੍ਰਸ਼ਨ ਨੰਬਰ 4 ਦੇ ਵਿੱਚ ਹੈ, ਵਜ਼ੀਰ ਖਾਨ ਨੇ ਕਿਹੜੇ ਸਾਹਿਬਜ਼ਾਦਿਆਂ ਨੂੰ ਕੰਧ ਵਿੱਚ ਚਿਣਵਾਇਆ ਸੀ? ਤਾਂ ਇਸ ਦਾ ਸਹੀ ਉੱਤਰ ਰਹੇਗਾ ਜੀ ਫਤਿਹ ਸਿੰਘ ਅਤੇ ਜ਼ੋਰਾਵਰ ਸਿੰਘ ਨੂੰ ਵਜ਼ੀਰ ਖਾਨ ਨੇ ਸਰਹੰਦ ਵਿਖੇ ਕੰਧ ਵਿੱਚ ਚਿਣਵਾਇਆ ਸੀ। ਸਰਹੰਦ ਦੀ ਦੀਵਾਰ ਦਾ ਸੰਬੰਧ ਕਿਸ ਨਾਲ ਹੈ? ਬੰਦਾ ਬਹਾਦਰ, ਮਹਾਰਾਜਾ ਰਣਜੀਤ ਸਿੰਘ, ਛੋਟੇ ਸਾਹਿਬਜ਼ਾਦੇ? ਤਾਂ ਇਸ ਦਾ ਸਹੀ ਉੱਤਰ ਰਹੇਗਾ ਜੀ ਸਰਹੰਦ ਦੀ ਜਿਹੜੀ ਦੀਵਾਰ ਹੈ ਉਸ ਦਾ ਸੰਬੰਧ ਛੋਟੇ ਸਾਹਿਬਜ਼ਾਦੇ ਨਾਲ ਹੈ। ਪ੍ਰਸ਼ਨ ਨੰਬਰ 6 ਵਿੱਚ ਹੈ, ਛੋਟੇ ਸਾਹਿਬਜ਼ਾਦਿਆਂ ਨੂੰ ਕਿੱਥੇ ਦੀਵਾਰ ਵਿੱਚ ਚਿਣਵਾਇਆ ਗਿਆ ਸੀ? ਤਾਂ ਇਸਦਾ ਉੱਤਰ ਰਹੇਗਾ ਜੀ ਸਰਹੰਦ ਵਿਖੇ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਚਿਣਵਾਇਆ ਗਿਆ। ਪ੍ਰਸ਼ਨ ਨੰਬਰ 7 ਦੇ ਵਿੱਚ ਹੈ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ ਦਾ ਜੈਕਾਰਾ ਕਿਸਨੇ ਦਿੱਤਾ? ਤਾਂ ਸਾਰਿਆਂ ਨੂੰ ਪਤਾ ਹੋਵੇਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਸਿੱਖਾਂ ਦੇ ਦਸਵੇਂ ਗੁਰੂ ਨੇ ਇਹ ਜੋ ਜੈਕਾਰਾ ਦਿੱਤਾ। ਪ੍ਰਸ਼ਨ ਨੰਬਰ 8 ਦੇ ਵਿੱਚ ਹੈ ਜੀ, ਪਾਉਂਟਾ ਸਾਹਿਬ ਤੋਂ ਕੀ ਭਾਵ ਹੈ? ਤਾਂ ਇਸਦਾ ਸਹੀ ਉੱਤਰ ਹੈਗਾ ਇਹ ਪੈਰ ਰੱਖਣ ਦੀ ਥਾਂ। ਪਾਉਂਟਾ ਸਾਹਿਬ ਤੋਂ ਭਾਵ ਹੈ ਪੈਰ ਰੱਖਣ ਦੀ ਥਾਂ। ਪ੍ਰਸ਼ਨ ਨੰਬਰ 9 ਦੇ ਵਿੱਚ ਹੈ, ਪਾਉਂਟਾ ਸਾਹਿਬ ਦੀ ਸਥਾਪਨਾ ਕਿਸਨੇ ਕੀਤੀ? ਤਾਂ ਇਸਦਾ ਸਹੀ ਉੱਤਰ ਹੈਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਸਿੱਖਾਂ ਦੇ ਦਸਵੇਂ ਗੁਰੂ ਸਨ, ਉਹਨਾਂ ਨੇ ਪਾਉਂਟਾ ਸਾਹਿਬ ਦੀ ਸਥਾਪਨਾ ਕੀਤੀ। ਪਾਉਂਟਾ ਸਾਹਿਬ ਦੀ ਸਥਾਪਨਾ ਕਦੋਂ ਕੀਤੀ ਗਈ? ਤਾਂ ਇਸਦਾ ਸਹੀ ਉੱਤਰ ਰਹੇਗਾ ਜੀ 1685 ਈਸਵੀ ਦੇ ਵਿੱਚ ਪਾਉਂਟਾ ਸਾਹਿਬ ਦੀ ਜੋ ਸਥਾਪਨਾ ਕੀਤੀ ਗਈ। ਪ੍ਰਸ਼ਨ ਨੰਬਰ 11 ਦੇ ਵਿੱਚ ਹੈ, ਜ਼ਫਰਨਾਮਾ ਸ਼ਬਦ ਦਾ ਕੀ ਅਰਥ ਹੈ? ਹੁਕਮ ਦੇਣਾ, ਡਰ ਜਾਣਾ, ਵਿਜੇ ਪੱਤਰ, ਧਮਕੀ ਦੇਣਾ? ਤਾਂ ਇਸਦਾ ਸਹੀ ਉੱਤਰ ਰਹੇਗਾ ਜੀ ਵਿਜੇ ਪੱਤਰ। ਜ਼ਫਰਨਾਮਾ ਸ਼ਬਦ ਦਾ ਅਰਥ ਹੈ ਵਿਜੇ ਪੱਤਰ। ਪ੍ਰਸ਼ਨ ਨੰਬਰ 12 ਵਿੱਚ, ਜ਼ਫਰਨਾਮਾ ਨਾਮਕ ਪੱਤਰ ਕਿਸ ਸਥਾਨ ਤੇ ਲਿਖਿਆ ਗਿਆ? ਤਾਂ ਇਸਦਾ ਸਹੀ ਉੱਤਰ ਹੈ ਜੀ ਦੀਨਾ ਕਾਂਗੜ ਨਾਮ ਦੇ ਸਥਾਨ ਤੇ ਜੋ ਜ਼ਫਰਨਾਮਾ ਨਾਮਕ ਪੱਤਰ ਲਿਖਿਆ ਗਿਆ। ਪ੍ਰਸ਼ਨ ਨੰਬਰ 13 ਵਿੱਚ, ਜ਼ਫਰਨਾਮਾ ਨਾਮਕ ਪੱਤਰ ਕਿਸ ਮੁਗਲ ਸ਼ਾਸਕ ਨੂੰ ਲਿਖਿਆ ਗਿਆ? ਤਾਂ ਇਸਦਾ ਸਹੀ ਉੱਤਰ ਹੈਗਾ ਜੀ ਔਰੰਗਜ਼ੇਬ ਨੂੰ, ਦਸਵੇਂ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਇਹ ਪੱਤਰ ਲਿਖਿਆ ਗਿਆ ਔਰੰਗਜ਼ੇਬ ਨੂੰ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਕਿਸ ਦੀ ਰਚਨਾ ਹੈ? ਤਾਂ ਇਸਦਾ ਸਹੀ ਉੱਤਰ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਸਿੱਖਾਂ ਦੇ ਦਸਵੇਂ ਗੁਰੂ ਦੀ ਰਚਨਾ ਹੈ ਜੀ। ਪ੍ਰਸ਼ਨ ਨੰਬਰ 15 ਵਿੱਚ, ਉੱਚ ਦਾ ਪੀਰ ਕਿਹੜੇ ਗੁਰੂ ਸਾਹਿਬ ਨੂੰ ਕਿਹਾ ਗਿਆ ਹੈ? ਤਾਂ ਇਸ ਦਾ ਵੀ ਸਹੀ ਉੱਤਰ ਹੈਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਸਿੱਖਾਂ ਦੇ ਦਸਵੇਂ ਗੁਰੂ ਨੂੰ ਉੱਚ ਦਾ ਪੀਰ ਕਿਹਾ ਗਿਆ। ਪ੍ਰਸ਼ਨ ਨੰਬਰ 16 ਦੇ ਵਿੱਚ, ਜ਼ਫਰਨਾਮਾ ਕੀ ਸੀ? ਤਾਂ ਇਸਦਾ ਇੱਕ ਗੀਤ, ਇੱਕ ਨਾਟਕ, ਇੱਕ ਪੱਤਰ, ਇੱਕ ਕਵਿਤਾ? ਤਾਂ ਇਸਦਾ ਸਹੀ ਉੱਤਰ ਜੀ ਇੱਕ ਪੱਤਰ ਸੀਗਾ ਜ਼ਫਰਨਾਮਾ। ਜ਼ਫਰਨਾਮਾ ਦੀ ਰਚਨਾ ਕਿਸ ਭਾਸ਼ਾ ਵਿੱਚ ਕੀਤੀ ਗਈ? ਤਾਂ ਇਸਦਾ ਸਹੀ ਉੱਤਰ ਕੀ ਹੈ ਜੀ ਪੰਜਾਬੀ, ਫਾਰਸੀ, ਅਰਬੀ, ਉਰਦੂ? ਤਾਂ ਇਸਦਾ ਸਹੀ ਉੱਤਰ ਜੀ ਫਾਰਸੀ ਦੇ ਵਿੱਚ ਜੋ ਜ਼ਫਰਨਾਮਾ ਨਾਮਕ ਪੱਤਰ ਹੈ ਉਸਦੀ ਰਚਨਾ ਕਿਸ ਭਾਸ਼ਾ ਵਿੱਚ ਕੀਤੀ ਗਈ? ਫਾਰਸੀ ਦੇ ਵਿੱਚ। ਪ੍ਰਸ਼ਨ ਨੰਬਰ 18 ਵਿੱਚ, ਗੁਰੂ ਗੋਬਿੰਦ ਸਿੰਘ ਜੀ ਅਤੇ ਬੰਦਾ ਬਹਾਦਰ ਦੀ ਮੁਲਾਕਾਤ ਕਿੱਥੇ ਹੋਈ? ਤਾਂ ਇਸਦਾ ਸਹੀ ਉੱਤਰ ਰਹੇਗਾ ਜੀ ਆਗਰਾ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਬੰਦਾ ਬਹਾਦਰ ਦੀ ਇਹ ਜੋ ਮੁਲਾਕਾਤ ਹੋਈ। ਪ੍ਰਸ਼ਨ ਨੰਬਰ 19 ਦੇ ਵਿੱਚ, ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਉੱਤਰਾਧਿਕਾਰੀ ਕਿਸ ਨੂੰ ਨਿਯੁਕਤ ਕੀਤਾ? ਤਾਂ ਇਸਦਾ ਸਹੀ ਉੱਤਰ ਕੀ ਰਹੇਗਾ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ, ਸ਼੍ਰੀ ਦਸਵੇਂ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ। ਪ੍ਰਸ਼ਨ ਨੰਬਰ 20 ਦੇ ਵਿੱਚ, ਦਇਆ ਰਾਮ ਕਿਸ ਜਾਤ ਨਾਲ ਸੰਬੰਧ ਰੱਖਦਾ ਸੀ? ਤਾਂ ਇਸਦਾ ਸਹੀ ਉੱਤਰ ਰਹੇਗਾ ਜੀ ਦਇਆ ਰਾਮ, ਪੰਜ ਪਿਆਰਿਆਂ ਦੇ ਵਿੱਚੋਂ ਜੋ ਦਇਆ ਰਾਮ ਸੀਗਾ ਉਹ ਘੁਮਿਆਰ ਜਾਤ ਨਾਲ ਸੰਬੰਧ ਰੱਖਦਾ ਸੀ। ਪ੍ਰਸ਼ਨ ਨੰਬਰ 21 ਵਿੱਚ, ਧਰਮਦਾਸ ਕਿਸ ਜਾਤ ਦਾ ਸੀ? ਤਾਂ ਯਾਨੀ ਕਿ ਇਹ ਵੀ ਪੰਜ ਪਿਆਰਿਆਂ ਦੇ ਵਿੱਚੋਂ ਇੱਕ ਸੀ ਜੀ, ਅਤੇ ਕਿਸ ਜਾਤ ਨਾਲ ਸੰਬੰਧ ਰੱਖਦਾ ਸੀਗਾ? ਇਸਦਾ ਸਹੀ ਉੱਤਰ ਰਹੇਗਾ ਇਹ ਨਾਈ, ਜੋ ਨਾਈ ਜਾਤ ਉਸਦੇ ਨਾਲ ਸੰਬੰਧ ਰੱਖਦਾ ਸੀ। ਪ੍ਰਸ਼ਨ ਨੰਬਰ 23 ਦੇ ਵਿੱਚ, ਮੋਹਕਮ ਚੰਦ ਕਿਸ ਜਾਤ ਦਾ ਸੀ? ਜਾਤ ਲਿਖਣਾ ਇੱਥੇ ਧਿਆਨ 'ਚ ਰੱਖਣਾ ਕਿ ਮੋਹਕਮ ਚੰਦ ਕਿਸ ਜਾਤ ਦਾ ਸੀ? ਤਾਂ ਇਸਦਾ ਸਹੀ ਉੱਤਰ ਰਹੇਗਾ ਜੀ ਧੋਬੀ। ਮੋਹਕਮ ਚੰਦ ਸੀ ਜੋ ਪੰਜ ਪਿਆਰਿਆਂ ਦੇ ਵਿੱਚੋਂ ਉਹ ਧੋਬੀ ਜਾਤ ਦਾ ਸੀ। ਪ੍ਰਸ਼ਨ ਨੰਬਰ 23 ਦੇ ਵਿੱਚ, ਹਿੰਮਤ ਰਾਏ ਕਿਸ ਜਾਤ ਦਾ ਜਾਤ ਸੀ? ਯਾਨੀ ਕਿ ਹਿੰਮਤ ਰਾਏ ਕਿਸ ਜਾਤ ਨਾਲ ਸੰਬੰਧ ਰੱਖਦਾ ਸੀ? ਤਾਂ ਇਹ ਇਸਦੇ ਵਿੱਚ ਸਹੀ ਉੱਤਰ ਰਹੇਗਾ ਜੀ ਹਿੰਮਤ ਰਾਏ ਜੋ ਜੱਟ ਜਿਹੜੀ ਜੱਟ ਜਾਤ ਸੀ ਉਸਦੇ ਨਾਲ ਸੰਬੰਧ ਰੱਖਦਾ ਸੀਗਾ, ਪੰਜ ਪਿਆਰਿਆਂ ਦੇ ਵਿੱਚੋਂ ਹੀ ਸੀ। ਔਰ ਅਖੀਰ ਦੇ ਵਿੱਚ
ਸਹਿਬਚੰਦ ਕਿਸ ਜਾਤ ਨਾਲ ਸੰਬੰਧ ਰੱਖਦਾ ਸੀ? ਤਾਂ ਇਹ ਜੋ ਸਹਿਬਚੰਦ ਸੀ ਉਹ ਖੱਤਰੀ ਜਾਤ ਦੇ ਨਾਲ ਸੰਬੰਧ ਰੱਖਦਾ ਸੀ। ਇਹ ਪੰਜ ਪਿਆਰੇ ਸਨ ਜੋ ਅਲੱਗ ਅਲੱਗ ਜਾਤ ਦੇ ਨਾਲ ਸੰਬੰਧ ਰੱਖਦੇ ਸਨ। ਪ੍ਰਸ਼ਨ ਨੰਬਰ 25 ਦੇ ਵਿੱਚ ਹੈ, ਗੁਰੂ ਗੋਬਿੰਦ ਸਿੰਘ ਜੀ ਦੀ ਕਿਸ ਮੁਗਲ ਬਾਦਸ਼ਾਹ ਨਾਲ ਭੇਟ ਹੋਈ ਸੀ? ਤਾਂ ਇਸਦਾ ਸਹੀ ਉੱਤਰ ਹੈ ਜੀ, ਬਹਾਦਰ ਸ਼ਾਹ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਭੇਟ ਹੋਈ ਸੀ। ਤਾਂ ਇਸੇ ਤਰ੍ਹਾਂ ਤੁਸੀਂ ਇਹਨਾਂ ਦੀ ਰਿਵਿਜ਼ਨ ਕਰਨੀ, ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਕਿ ਸਾਰੇ ਇਸ ਦੇ ਵਿੱਚ ਭਾਗੀਦਾਰ ਬਣ ਸਕਣ। ਆਪ ਸਭ ਦਾ ਸਮੇਂ ਸ਼ੁਭ ਹੋਵੇ। ਧੰਨਵਾਦ।